ਵੀਰੇ ਤੁਹਾਡਾ। ਮੇਰਾ ਨਾਂ ਜੀ ਪਰਵੇਜ ਮਸੀਹ ਆ। ਜਿਹੜੀ ਇਹ ਘਟਨਾ ਵਾਪਰੀ ਠੱਕਰਪੁਰੇ ਵੀਰੇ, ਕੀ ਕਹਿਣਾ ਚਾਹੁੰਦੇ ਹੋ ਅਤੇ ਕੀ? ਮੈਂ ਇਸ ਬਾਰੇ ਇਹ ਕਹਿਣਾ ਚਾਹੁੰਦਾ ਜੀ, ਇਹ ਘਟਨਾ ਜਿਹੜੀ ਵਾਪਰੀ ਹੈ, ਸਟੈਚੂ ਹੀ ਨਹੀਂ ਤੋੜਿਆ, ਇਹ ਈਸਾਈ ਬਰਾਦਰੀ ਦੇ ਦਿਲਾਂ ਨੂੰ ਭੁਲੁੰਦਰਿਆ ਗਿਆ ਹੈ। ਇਹ ਜਿੰਨਾ ਵੀ ਇਹ ਸ਼ਰਾਰਤੀ ਅੰਸਰਾਂ ਨੇ ਇਹ ਸਟੈਚੂ ਤੋੜ ਕੇ ਸਾਡੇ ਮਾਂ ਅਤੇ ਪਿਓ ਦੀ ਬੇਅਦਬੀ ਕੀਤੀ ਆ, ਇਹ ਬਹੁਤ ਹੀ ਨਿੰਦਣਯੋਗ ਗੱਲ ਆ। ਅਸੀਂ ਇਸ ਗੱਲ 'ਤੇ ਬੜਾ ਦੁਖੀ ਹੋਏ ਹਾਂ ਕਿ ਅਸੀਂ ਈਸਾਈ ਬਰਾਦਰੀ ਸ਼ਾਂਤੀ ਦਾ ਸੰਦੇਸ਼ ਦਿੰਦੇ ਹਾਂ, ਲੜਾਈ ਝਗੜੇ ਵਾਲਾ ਕਦੀ ਕੋਈ ਕੰਮ ਨਹੀਂ ਕਰਦੇ, ਫਿਰ ਵੀ ਸਾਡੇ ਦਿਲਾਂ ਨੂੰ ਭੁਲੁੰਦਰਿਆ ਗਿਆ ਹੈ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਚਾਹੀਦਾ। ਵੀਰੇ ਕੀ ਨਾਂ ਤੇਰਾ? ਜਸਪਾਲ ਸਿੰਘ। ਵੀਰੇ ਕੀ ਲੱਗੇ ਇੱਥੇ ਤੁਸੀਂ? ਮੈਂ ਇੱਥੇ ਰਾਤ ਦਾ ਚੌਂਕੀ ਦਾ। ਕੀ ਘਟਨਾ ਹੋਈ ਵੀਰੇ ਇੱਥੇ? ਘਟਨਾ ਇਹ ਆ ਵੀ ਜੀ, ਰਾਤ ਦੇ ਨਾ ਮਤਲਬ ਵੀ 12 ਤੋਂ ਉੱਪਰ ਹੀ ਟਾਈਮ, ਸਿਰਫ 1-2 ਥੱਲੇ, ਅਤੇ ਜਦੋਂ ਮੈਂ ਨਾ ਮਤਲਬ ਵੀ ਉੱਥੋਂ ਆਉਂਦੇ ਆਉਂਦੇ ਵੀ, ਹਾਂਜੀ ਅੱਛਾ ਜੀ, ਉੱਥੋਂ ਉੱਠ ਕੇ ਨਾ ਮੈਂ ਸਾਹਮਣੇ ਕੁਰਸੀ ਡੱਟੀ ਹੁੰਦੀ ਆ ਅਤੇ ਉੱਥੇ ਪੱਖਾ ਲਾਇਆ, ਉੱਥੇ ਮੈਂ ਬੈਠਾ।